साहब ने कल एक बयान दिता है कि चंदू माजरा साहब अपनी पार्टी के लीडर तो बहुत खफा ने, हाईकमान तो सुखबीर सिंह बादल का नाम लिया उन्होंने कि उन्होंने मैनू डिच किया, तुसी दसो इहदे बारे की कहना। सिद्धू साहब नूं मेरे बारे कोई घबराउण दी लोड़ नहीं, मैं मतलब ਉਹ ਆਪਦੀ ਪਾਰਟੀ ਦਾ ਧਿਆਨ ਰੱਖਾਂ, ਮੈਂ ਆਪਦੀ ਦਾ ਰੱਖਾਂ। ਉਸੇ ਨੀਡ ਬੇਸਡ ਪਾਲਿਸੀ, ਹਾਂ ਉਹ 2014 ਤੋਂ ਲੈ ਕੇ ਉਦੋਂ ਤੁਹਾਡੀ ਸਰਕਾਰ ਵੀ ਸੀ ਅਕਾਲੀ ਦਲ ਦੀ, ਸੁਖਬੀਰ ਸਿੰਘ ਬਾਦਲ ਪੰਜਾਬ ਦੇ ਵਿੱਚ ਗਮਾਡਾ ਵੀ ਦੇਖ ਰਹੇ ਸੀ, ਉਹ ਡਿਮਾਂਡ ਅੱਜ ਤੱਕ ਲੋਕਾਂ ਦੀ ਮੀਟ ਅਪ ਨਹੀਂ ਹੋਈ। ਨੀਡ ਬੇਸਡ ਪਾਲਿਸੀ ਤੁਸੀਂ ਐਤਕੀ ਆਪਣੇ ਚੋਣ ਮੈਨੀਫੈਸਟੋ ਜੀ ਨਹੀਂ ਪਾਈ ਸਰ, ਤੁਸੀਂ ਮੇਰਾ ਖਿਆਲ ਆ ਸ਼ਾਇਦ ਤੁਹਾਨੂੰ ਭੁਲੇਖਾ ਹੋਵੇ ਜੀ, ਵੀ ਪਹਿਲੀ ਗੱਲ ਤਾਂ ਵੀ ਨੀਡ ਬੇਸਡ ਪਾਲਿਸੀ ਦਾ ਕਨਸੈਪਟ ਲੈ ਕੇ ਅਸੀਂ ਆਏ। ਨੀਡ ਬੇਸਡ ਪਾਲਿਸੀ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਪਾਰਟੀ ਦੇ ਅਹਿਮ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਇਸ ਚੋਣ ਮੈਨੀਫੈਸਟੋ ਨੂੰ ਅੱਜ ਰਿਲੀਜ਼ ਕੀਤਾ। ਉਹਨਾਂ ਕਿਹਾ ਕਿ ਜੇ ਸ਼ਹਿਰ ਦੇ ਲੋਕ ਉਹਨਾਂ ਦੇ ਉਮੀਦਵਾਰਾਂ ਨੂੰ ਜਿਤਾ ਕੇ ਲਿਆਉਂਦੇ ਹਨ ਤਾਂ ਇਹ ਸਾਰੇ ਵਾਅਦੇ ਜੋ ਕਿ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਹਨ ਇਨ ਬਿਨ ਪੂਰੇ ਕੀਤੇ ਜਾਣਗੇ। ਵਿੱਚ ਅਸੀਂ ਆਸ ਕਰਦੇ ਹਾਂ ਕਿ ਮੋਹਾਲੀ ਦੇ ਲੋਕ ਸਾਨੂੰ ਮੌਕਾ ਦੇਣਗੇ ਸਾਡੇ ਲੋਕਾਂ ਨੂੰ, ਔਰ ਅਸੀਂ ਮੋਹਾਲੀ ਨੂੰ ਖੰਭਾ ਰਹਿਤ ਬਣਾ ਕੇ, ਖਾਸ ਤੌਰ 'ਤੇ ਜਿਹੜਾ ਜਿਹੜੇ ਮਰਲਿਆਂ ਦੇ ਘਰ ਨੇ ਇਹਨਾਂ ਵਿੱਚ ਤਾਂ ਬਹੁਤ ਦਿੱਕਤ ਆ, ਕਿਤੇ ਗੱਡੀਆਂ ਨਹੀਂ ਖੜਦੀਆਂ, ਕਿਤੇ ਬਹੁਤ ਘਰਾਂ ਦੇ ਸਾਹਮਣੇ ਰਸਤੇ ਰੁਕ ਜਾਂਦੇ ਆ ਅਤੇ ਤਾਰਾਂ ਡਿੱਗੀਆਂ ਰਹਿੰਦੀਆਂ ਨੇ, ਕਈ ਇੰਸੀਡੈਂਟਸ ਵੀ ਐਸੇ ਮਿਸ ਹੈਪਨਿੰਗ ਹੁੰਦੀਆਂ ਨੇ। ਇਹ ਸਾਰੇ ਕੁਛ ਨੂੰ ਜਾਣੀ ਬਚਾਇਆ ਜਾ ਸਕਦਾ, ਅਤੇ ਜਿਹੜਾ ਅਸੀਂ ਮੋਹਾਲੀ ਨੂੰ ਸੁੰਦਰ ਸ਼ਹਿਰ ਬਣਾਉਣ ਦੀ ਗੱਲ ਕਹਿ ਰਹੇ ਹਾਂ, ਇਹ ਅਸੀਂ ਇਹਦੀ ਮੈਪ ਬਣਾਇਆ, ਰੋਡ ਮੈਪ ਬਣਾਇਆ, ਪਲੈਨ ਬਣਾਈ ਆ, ਐਵੇਂ ਨਹੀਂ ਕਹਿੰਦੇ ਜਿਹੜੇ ਵੈਸੇ ਕਹੀ ਜਾਂਦੇ ਨੇ, ਅਸੀਂ ਇੱਕ ਰੋਡ ਮੈਪ ਆ ਸਾਡਾ, ਅਸੀਂ ਉਹਦੇ ਅਧੀਨ ਮਹੱਲੇ ਨੂੰ ਖੰਭਾ ਰਹਿਤ ਬਣਾਉਣਾ, ਔਰ ਪਾਰਕਾਂ ਦੇ ਵਿੱਚ ਖਾਸ ਤੌਰ 'ਤੇ ਜਿੱਥੇ ਅਸੀਂ ਲਾਇਬ੍ਰੇਰੀਆਂ ਖੋਲੀਆਂ ਨੇ, ਟੋਇਲੈਟਸ ਬਣਾਏ ਨੇ, ਉੱਥੇ ਪਾਰਕਾਂ ਦੇ ਵਿੱਚ ਜਿਹੜੀਆਂ ਲਾਇਬ੍ਰੇਰੀਆਂ ਉਹਨਾਂ 'ਚ ਕਿਤਾਬਾਂ ਮੁਹੱਈਆ ਕਰਾਉਣੀਆਂ, ਇੰਟਰਨੈੱਟ ਦੀ ਸੁਵਿਧਾ ਹਾਸਲ ਕਰਾਉਣੀ, ਇਹ ਵੀ ਅਜੇ ਅਧੂਰਾ ਪਿਆ ਕੰਮ ਆ, ਇਹਨੂੰ ਵੀ ਨੇਪਰੇ ਚਾੜ੍ਹਨਾ, ਇਹ ਵੀ ਸਾਡਾ ਇੱਕ ਮੇਨ ਜਿਹੜੇ ਪ੍ਰੋਜੈਕਟ ਆ ਸਾਡੇ ਉਹਦੇ 'ਚ ਆਉਂਦਾ। ਅਤੇ ਸਭ ਤੋਂ ਵੱਡੀ ਗੱਲ ਜਿਹੜੀ ਅੱਜ ਹੋ ਰਹੀ ਆ ਮੋਹਾਲੀ ਦੇ ਵਿੱਚ, ਔਰਤਾਂ ਦੀ ਜਿਹੜੀ ਸੇਫਟੀ ਆ ਬੜੀ ਇੱਕ ਖਤਰੇ 'ਚ ਆ, ਔਰ ਇਹਦੇ ਲਈ ਅਸੀਂ ਔਰਤਾਂ ਦੀ ਸੇਫਟੀ ਲਈ ਨਾ ਮਤਲਬ ਇੱਥੇ ਏਰੀਏ ਵਿੱਚ CCTV ਕੈਮਰੇ ਲਾਉਣ ਦੀ ਗੱਲ, ਔਰ ਵਿਸ਼ੇਸ਼ ਤੌਰ 'ਤੇ ਔਰਤਾਂ ਦੀ ਸੇਫਟੀ ਯਕੀਨੀ ਬਣਾਉਣ ਦੀ ਗੱਲ, ਇਹਦੇ ਵੱਲ ਵਿਸ਼ੇਸ਼ ਧਿਆਨ ਦੇਣ ਦੀ ਯੋਜਨਾ ਅਸੀਂ ਜਿਹੜੀ ਆ ਕਾਰਪੋਰੇਸ਼ਨ ਜਿਹੜੀ ਆ ਉਹਨੂੰ ਮਤਲਬ ਮੋਸਟ ਪ੍ਰਾਇਓਰਟੀ ਦੇ ਤੌਰ 'ਤੇ ਇਹਨੂੰ ਲਿਆ ਜਾਏਗਾ। ਅਤੇ ਇੱਕ ਅਸੀਂ ਨਵਾਂ ਕੰਸੈਪਟ ਮੋਹਾਲੀ ਦੇ ਵਿੱਚ ਇੰਟਰੋਡਿਊਸ ਕਰਨਾ ਚਾਹੁੰਦੇ ਹਾਂ, ਜਿਹੜਾ ਮੈਂ ਸਮਝਦਾ ਕਿ ਅਸਲੀ ਮਾਇਨਿਆਂ ਵਿੱਚ ਡੈਮੋਕਰੇਟਿਕ ਸਿਸਟਮ ਕਹਿ ਲਓ ਜਾਂ ਸਮੁੱਚੇ ਲੋਕਾਂ ਦੀ ਸਿਸਟਮ ਵਿੱਚ ਭਾਗੀਦਾਰੀ ਕਹਿ ਲਓ, ਇਹ ਜਿਹੜੇ ਕਾਰਪੋਰੇਸ਼ਨ ਦੇ ਵਿੱਚ ਲੋਕ ਮੈਂਬਰ ਬਣ ਜਾਂਦੇ ਨੇ, ਫਿਰ ਇਹ ਕਈ ਵਾਰ ਹੇਠਲੇ ਲੈਵਲ ਦੇ ਲੋਕਾਂ ਨਾਲ ਅਲੱਗ ਥਲੱਗ ਪੈ ਜਾਂਦੇ ਨੇ। ਅਸੀਂ ਇਹਨਾਂ ਨੂੰ ਨਾਲ ਜੋੜਨ ਲਈ, ਸਮੁੱਚੇ ਲੋਕਾਂ ਨੂੰ ਨਾਲ ਜੋੜਨ ਲਈ ਇੱਕ ਲੋਕਲ ਏਰੀਆ ਕਮੇਟੀਆਂ ਬਣਾਵਾਂਗੇ, ਐੱਲ ਏ ਸੀ ਬਣਾਵਾਂਗੇ, ਜਿਹਦੇ ਵਿੱਚ ਹਰ ਵਾਰਡ ਦੇ ਵਿੱਚ ਇੱਕ ਦੋ ਤਿੰਨ ਵਕੀਲ ਹੋਣਗੇ, ਡਾਕਟਰ ਹੋਣਗੇ, ਇੰਜੀਨੀਅਰ ਕੋਈ ਹੋਇਆ ਰਿਟਾਇਰ, ਔਰ ਸਿਵਲ ਅਧਿਕਾਰੀ ਜਿਹੜੇ ਰਿਟਾਇਰਡ ਨੇ ਉਹ ਹੋਣਗੇ, ਔਰ ਜਿਹੜੀਆਂ ਵੈਲਫੇਅਰ ਰੈਜੀਡੈਂਸ਼ੀਅਲ ਸੁਸਾਇਟੀਆਂ ਨੇ ਉਹਨਾਂ ਦੇ ਦੋ ਨੁਮਾਇੰਦੇ ਹੋਣਗੇ। ਇਹ ਇੱਕ ਪ੍ਰਤੀਨਿਧ ਕਿਸਮ ਦਾ ਕੋਈ ਪ੍ਰੈਸ ਵਾਲਾ ਵੀਰ ਵੀ ਉਸ ਏਰੀਏ ਦਾ ਹੋਇਆ ਉਹਨੂੰ ਵੀ ਵਿੱਚ ਐਡ ਕਰਾਂਗੇ, ਔਰ ਉਹਨੂੰ ਵਿਸ਼ੇਸ਼ ਤੌਰ 'ਤੇ ਉਹਦੇ 'ਚ ਲੇਡੀਜ਼ ਦੀ ਵੀ ਰਿਜ਼ਰਵੇਸ਼ਨ ਹੋਏਗੀ, ਔਰ ਦਲਿਤ ਭਾਈਚਾਰੇ ਵਿੱਚੋਂ ਵੀ ਰਿਜ਼ਰਵੇਸ਼ਨ ਹੋਏਗੀ। ਮਤਲਬ ਇੱਕ ਕਿਸਮ ਦੀ ਇਹਨੂੰ ਲੋਕਲ ਏਰੀਆ ਡਿਵੈਲਪਮੈਂਟ ਕਮੇਟੀ ਦੇ ਤੌਰ 'ਤੇ ਯਾਨੀ LAC ਜਿਹੜੀ ਆ ਉਹ ਅਸੀਂ ਇੰਟਰੋਡਿਊਸ ਕਰਨੀ ਆ, ਤਾਂ ਕਿ ਹੇਠਲੇ ਪੱਧਰ ਦੀ ਭਾਗੀਦਾਰੀ ਜਿਹੜੀ ਆ ਸਾਰੇ ਸਿਸਟਮ ਦੇ ਵਿੱਚ ਹੋ ਸਕੇ, ਔਰ ਕੋਈ ਵੀ ਡਿਵੈਲਪਮੈਂਟ ਦਾ ਕੰਮ ਮੋਹਾਲੀ ਦੇ ਵਿੱਚ ਜਿਹੜਾ ਹੋਏਗਾ ਉਹ LAC ਦੀ ਰਿਕਮੈਂਡੇਸ਼ਨ ਨਾਲ ਹੋਏਗਾ, ਔਰ ਕੋਈ ਵੀ ਕੰਮ ਜਿਹੜਾ ਚੱਲੇਗਾ ਉਹਦੀ ਦੇਖ ਰੇਖ LAC ਕਰੇਗੀ। ਇਹ ਕੰਸੈਪਟ ਅਸੀਂ ਮੋਹਾਲੀ ਦੇ ਵਿੱਚ ਇੰਟਰੋਡਿਊਸ ਕਰਨ ਜਾ ਰਹੇ ਹਾਂ, ਔਰ ਇਹਦੇ 'ਚ ਲੋਕਾਂ ਨੂੰ ਮੈਂ ਸਮਝਦਾ ਕਾਫੀ ਸਾਥ ਮਿਲੇਗਾ ਸਾਨੂੰ, ਔਰ ਲੋਕਾਂ ਦੀ ਇਹ ਸਭ ਤੋਂ ਵੱਡੀ ਗੱਲ ਆ, ਲੋੜ ਆ। ਔਰ ਇੱਕ ਜਿਹੜੀ ਬੜੀ ਅਹਿਮ ਸਮੱਸਿਆ ਮੋਹਾਲੀ ਦੀ ਵੈਸੇ ਸਮੱਸਿਆ ਤਾਂ ਸਾਰੇ ਦੇਸ਼ ਦੀ ਆ,
पर मोहाली नूं असीं वादा कीता वी सुंदर शहर भी बनाउणा, सारियां सुविधावां मुहैया कराउणियां। जिहड़े आवारा कुत्ते ने, आवारा कुत्तियां दी बड़ी वड्डी समस्या, आवारा कुत्तियां लई असीं एक आवारा कुत्तियां दा पौंड बनावांगे, डॉग पौंड, डॉग पौंड बनावांगे, जिथे सारे आवारा कुत्ते उस जगह ते रखे जाणगे, उतां दी सेवा संभाल उस जगह ते होगी। हुण की हुंदा ते कारपोरेशन आए चुके लै जांदे आ, 2 किलोमीटर छड्ड के फिर आ जांदे आ, फिर उत्थी आ जांदे ने। मतलब अज्ज बड़ी ज़्यादा लोगों नूं दिक्कत मुसीबत एक किस्म की बनी खड़ी है मोहाली दे विच। वैसे तो सारे देश ही है, पर मोहाली दे विच असीं डॉग पाउंड बना के एक नवी शुरुआत करन जा रहे हैं, जिहड़ी अज दे देश दे कानून दा भी कोई उहदे च रुकावट नहीं बनेगी ते लोगों नूं भी सहूलत मिले सकेगी। ये भी असीं कारपोरेशन साडे कोल आई ते डॉग पाउंड भी मैं समझदा एक मतलब विद इन 6 मंथ असी मतलब इंट्रोड्यूस कर देना। इस तरह जरा साइकिल ट्रैक आ, साइकिल ट्रैक भी बनाना कारपोरेशन का, और एक जरा साइकिल शेयरिंग सिस्टम आ जरा बहुत कंट्री के अजक इंट्रोड्यूस होया वा, साइकिल शेयरिंग सिस्टम, जिथे साइकिल ट्रैक बनावे उत्थे साइकिल शेयरिंग सिस्टम भी असी इंट्रोड्यूस करना, ताकि आम लोगों को एक जगह तो दूजी थान जाने की सहूलत मिल सके, और जिहड़ी लोकल बस सर्विस आ उहदी सहूलत भी बहुत छेती असी इत्थे करनी चाहुंदे आ, क्योंकि बड़ा लेट देर दा इह कंसैप्ट जिहड़ा है रुकिया खड़ा। बाकी जिवें बिजली पानी, पानी की गल खास तौर पर जिहड़ी आ बहुत वड्डी आ, बड़ी वड्डी समस्या इत्थे मोहाली दे विच। असीं 1 साल दे अंदर अंदर कोई एरिया ऐसा नहीं होएगा जिथे बूस्टर नहीं लावांगे। थानू पता भी कुछ देर लई असीं इत्थे सेवा संभाली सी, विधानसभा के तौर पर भी मेरे बेटे ने, तो उन्हां दिनों दे विच असीं तकरीबन 1 दर्जन बूस्टर लवाए सी अड्ड अड्ड एरिया दे विच। ते हुण तुसीं कारपोरेशन मोहाली दे लोग साडे हवाले करनगे, तां असीं सारी मोहाली दे विच आपणे कारपोरेट नूं कहा भी सब तो पहला असीं बूस्टर लाउणे आ पानी दे, ਤਾਂ ਕਿ ਹਰ ਮੰਜ਼ਿਲ 'ਤੇ ਪਾਣੀ ਚੜ੍ਹ ਸਕੇ ਅਤੇ ਲੋਕਾਂ ਨੂੰ ਸਹੂਲਤ ਮਿਲ ਸਕੇ। ਇੱਕ ਜਿਹੜੀ ਮੋਹਾਲੀ 'ਚ ਹੋਰ ਵੱਡੀ ਸਮੱਸਿਆ ਜਿਹੜੀ ਅਸੀਂ ਮਹਿਸੂਸ ਕਰਦੇ ਹਾਂ, ਤੁਸੀਂ ਵੀ ਸਾਰੇ ਮਹਿਸੂਸ ਕਰਦੇ ਹੋਣੇ, ਮੋਹਾਲੀ ਦੇ ਲੋਕ ਬੜੇ ਤੰਗ ਨੇ, ਉਹ ਪਾਰਕਿੰਗ ਦੀ ਆ। ਪਾਰਕਿੰਗ ਦੀ ਬੜੀ ਸਮੱਸਿਆ ਹੁੰਦੀ ਆ, ਅਤੇ ਪਾਰਕਿੰਗ ਲਈ ਕਈ ਲੜਾਈ ਝਗੜੇ ਵੀ ਹੁੰਦੇ ਨੇ। ਪਾਰਕਿੰਗ ਕਰਕੇ ਇੱਥੇ ਇੱਕ ਬੰਦੇ ਦਾ ਕਤਲ ਵੀ ਹੋ ਗਿਆ ਸੀ ਪਿੱਛੇ ਕਈ ਸਾਲ ਹੋਏ। ਸੋ ਅਸੀਂ ਚਾਹੁੰਦੇ ਹਾਂ ਵੀ ਇਹ ਲੜਾਈ ਝਗੜੇ ਨਾ ਹੋਣ, ਲੋਕਾਂ ਨੂੰ ਸਹੂਲਤ ਮਿਲੇ। ਪਾਰਕ ਜਿਹੜੇ ਸਾਹਮਣੇ ਨੇ ਮਹੱਲਾ ਮਹੱਲ ਜਿਹੜੇ ਮਰਲੇ ਵਾਲੇ ਘਰ ਨੇ, ਮਰਲੇ ਵਾਲੇ ਘਰਾਂ 'ਤੇ ਸ਼ੁਰੂ ਕਰਾਂਗੇ। ਸਭ ਤੋਂ ਡਿੱਕਾ ਉਹਨਾਂ ਏਰੀਆ ਦੇ ਵਿੱਚ ਆ ਜਿੱਥੇ ਛੋਟੇ ਘਰ ਨੇ, ਮਰਲੇ ਦੇ ਘਰ ਨੇ, ਫਲੈਟਸ ਨੇ, ਉੱਥੇ ਬੜੀ ਜ਼ਿਆਦਾ ਦਿੱਕਤ ਖੜੀ ਹੋ ਗਈ। ਗੱਡੀਆਂ ਬਹੁਤ ਹੋਣ ਲੱਗ ਗਈਆਂ ਲੋਕਾਂ ਕੋਲ। ਜਿਹੜੇ ਪਾਰਕ ਪਏ ਨੇ ਅੱਗੇ, ਉਹ ਪਾਰਕਾਂ ਦੇ ਵਿੱਚ ਅੰਡਰਗਰਾਊਂਡ ਪਾਰਕਿੰਗ, ਅੰਡਰਗਰਾਊਂਡ ਪਾਰਕਿੰਗ ਸਿਸਟਮ ਜਿਹੜਾ ਕਾਰਪੋਰੇਸ਼ਨ ਵੱਲੋਂ ਬਣਾਇਆ ਜਾਏਗਾ, ਤਾਂ ਕਿ ਕੋਈ ਗੱਡੀ ਸੜਕ 'ਤੇ ਖੜ੍ਹੀ ਨਾ ਦਿਖੇ, ਕੋਈ ਗੱਡੀ ਕਿਸੇ ਦਾ ਰਸਤਾ ਨਾ ਰੋਕੇ, ਅਤੇ ਖੁੱਲ੍ਹੇ ਪਾਰਕਾਂ ਦੇ ਵਿੱਚ ਅੰਡਰਗਰਾਊਂਡ ਪਾਰਕਿੰਗ ਬਣਾ ਕੇ ਇਹ ਸੁਵਿਧਾ ਜਿਹੜੀ ਆ ਅਸੀਂ ਮੋਹਾਲੀ ਦੇ ਲੋਕਾਂ ਨੂੰ ਦੇਣੀ ਚਾਹੁੰਦੇ ਹਾਂ। ਔਰ ਮੈਂ ਸਮਝਦਾ ਇੱਕ ਬੜੀ ਵੱਡੀ ਮੁਸੀਬਤ ਕਹਿ ਲਓ, ਸਮੱਸਿਆ ਕਹਿ ਲਓ ਮੋਹਾਲੀ ਦੇ ਲੋਕਾਂ ਲਈ, ਇਹ ਦੂਰ ਹੋ ਜਾਏਗੀ ਜੇ ਅੰਡਰਗਰਾਊਂਡ ਪਾਰਕਿੰਗ ਜਿਹੜੀ ਆ ਮੋਹਾਲੀ 'ਚ ਮੁਕੰਮਲ ਹੋ ਜਾਵੇ। ਔਰ ਇਹ ਸਾਡਾ ਇਹ ਵੀ ਇੱਕ ਡਰੀਮ ਪ੍ਰੋਜੈਕਟ ਦੇ ਤੌਰ 'ਤੇ ਹੀ ਆ। ਅਤੇ ਵੈਸੇ ਸਾਫ਼ ਸੁਥਰਾ ਪਾਣੀ ਦੇਣਾ ਅਤੇ ਹੋਰ ਗੰਦਗੀ ਦੇ, ਖਾਸ ਤੌਰ 'ਤੇ ਜਿਹੜੇ ਖਾਲੀ ਪਲਾਟ ਪਏ ਨੇ, ਜਿਹੜੇ ਖਾਲੀ ਪਲਾਟ ਪਏ ਨੇ, ਉਹਨਾਂ ਦੀ ਜਵਾਬਦੇਹੀ ਕਰਨ ਲਈ ਉਹਨਾਂ ਵੱਲੋਂ ਖਾਲੀ ਪਲਾਟ ਦੇ ਮਾਲਕਾਂ ਨਾਲ ਮਿਲ ਕੇ ਕੋਈ ਕਮੇਟੀ ਬਣਾ ਕੇ ਉਹ ਜਿਹੜੀ ਸਫਾਈ ਦਾ ਪ੍ਰਬੰਧ ਵੀ ਯਕੀਨੀ ਬਣਾਇਆ ਜਾਏਗਾ। ਨਹੀਂ ਤਾਂ ਬਹੁਤ ਸਾਰੇ ਖਾਲੀ ਪਲਾਟ ਨੇ, ਉਹਨਾਂ ਦੀ ਕੋਈ ਸਫਾਈ ਨਹੀਂ ਕਰਦਾ, ਅਤੇ ਸਫਾਈ ਨਾ ਹੋਣ ਕਰਕੇ ਕਈ ਕਿਸਮ ਦੀਆਂ ਮੁਸੀਬਤਾਂ ਆ ਰਹੀਆਂ ਨੇ। ਉਹ ਵੀ ਇੱਕ ਬੜੀ ਵੱਡੀ ਸਮੱਸਿਆ ਸ਼ਹਿਰ ਦੀ, ਉਹ ਵੀ ਦੂਰ ਕੀਤੀ ਜਾਏਗੀ। ਅਤੇ ਬਾਕੀ ਜਿਵੇਂ ਸਕੂਲ ਲਿਆਉਣੇ ਜਾਂ ਹੋਰ ਆਗਜਨੀ ਦੀਆਂ ਘਟਨਾਵਾਂ ਵਾਲੀ ਗੱਲ ਆ, ਇੱਕ ਸਪੋਰਟਸ ਕੰਪਲੈਕਸ ਜਿਹੜਾ ਇੱਥੇ ਬਣੇ ਨੇ, ਸਪੋਰਟਸ ਕੰਪਲੈਕਸ ਦੇ ਵਿੱਚ ਫੀਸ ਬਹੁਤ ਆ, ਉਹ ਕਾਰਪੋਰੇਸ਼ਨ ਵੱਲੋਂ ਉਹ ਫੀਸ ਵੀ, ਯਾਨੀ ਜਿਹੜੇ ਵੀ ਕੋਈ ਖਿਡਾਰੀ ਜਾਂ ਸਪੋਰਟਸਮੈਨ ਜੋ ਵੀ ਖੇਡਣਾ ਚਾਹੇ, ਵਰਜਿਸ਼ ਕਰਨੀ ਚਾਹੇ, ਉਹਦਾ ਜਿਹੜਾ ਰੇਟ ਆ ਉਹ ਵੀ ਅਸੀਂ ਅੱਧੇ ਕਰਾਵਾਂਗੇ, ਉਹ ਵੀ ਘਟਾਵਾਂਗੇ।
ਇਹ ਵੀ ਅਸੀਂ ਵਾਅਦਾ ਕਰਦੇ ਹਾਂ ਮੋਹਾਲੀ ਦੇ ਲੋਕਾਂ ਨਾਲ। ਹੋਰ ਵੀ ਜਿਹੜੇ ਕੰਮ ਹੈ ਕਈ, ਮਤਲਬ ਇੱਕ ਗੱਲ, ਅਸੀਂ ਇਹ ਜਿਹੜੇ 25 ਪੁਆਇੰਟ ਤਿਆਰ ਕੀਤੇ ਨੇ, 25 ਪੁਆਇੰਟ ਤਿਆਰ ਕਰਨ ਦਾ ਕੰਮ ਤਾਂ ਹੋਰ ਵੀ ਬਹੁਤ ਨੇ, ਪਰ 25 ਪੁਆਇੰਟ ਬਣਾਉਣ ਦਾ ਮਕਸਦ ਸਾਡਾ ਇਹ ਆ ਕਿ ਅਸੀਂ ਮੋਹਾਲੀ ਦੇ ਲੋਕਾਂ ਨੂੰ ਇਹ ਯਕੀਨ ਦਿਵਾਉਣਾ ਚਾਹੁੰਦੇ ਹਾਂ ਕਿ 25 ਦੇ 25 ਪੁਆਇੰਟ ਸਾਡੇ ਆਪਣੇ ਮਨ ਦੀ ਸੋਚ ਆ, ਮਨ ਦੀ ਕਲਪਨਾ, ਔਰ ਇਹਨਾਂ ਵਿੱਚੋਂ ਬਹੁਤੇ ਪ੍ਰੋਜੈਕਟ ਅਸੀਂ ਸ਼ੁਰੂ ਕਰਾ ਕੇ ਦੇਖੇ ਆ, ਸ਼ੁਰੂ ਕਰਾਉਣ ਦੀ ਸਾਡੇ 'ਚ ਸਮਰੱਥਾ, ਔਰ ਜਿਹੜੇ ਕੰਮ ਅਸੀਂ ਕਰਾ ਸਕਦੇ ਹਾਂ ਕਰਨ ਦੀ ਸਮਰੱਥਾ ਰੱਖਦੇ ਹਾਂ ਉਹ ਕੰਮ ਕਰਨ ਦਾ ਹੀ ਵਾਅਦਾ ਕੀਤਾ। ਔਰ ਮੋਹਾਲੀ ਦੇ ਲੋਕਾਂ ਨਾਲ ਅੱਜ ਚੋਣ ਮੈਨੀਫੈਸਟੋ ਕਾਰਪੋਰੇਸ਼ਨ ਚੋਣ ਲਈ ਜਾਰੀ ਕਰਦਿਆਂ ਮੈਂ ਪੂਰੇ ਵਿਸ਼ਵਾਸ ਨਾਲ, ਜ਼ਿੰਮੇਵਾਰੀ ਨਾਲ ਫਿਰ ਯਕੀਨ ਦਿਵਾਉਣਾ ਚਾਹੁੰਦਾ ਕਿ ਜੋ ਅਸੀਂ ਇਹ ਵਾਅਦਾ ਕੀਤਾ ਉਹ ਕਰਕੇ ਦਿਖਾਵਾਂਗੇ, ਕਿਉਂਕਿ ਅਸੀਂ ਪਹਿਲਾਂ ਜੋ ਕਿਹਾ ਉਹ ਕਰਕੇ ਦਿਖਾਇਆ। ਸੋ ਅੱਜ ਜੇ ਅਸੀਂ ਅੱਜ ਵਾਅਦਾ ਕਰਦੇ ਹਾਂ ਅਤੇ ਕਾਰਪੋਰੇਸ਼ਨ ਲੋਕ ਸਾਡੇ ਹਵਾਲੇ ਕਰਦੇ ਆ ਤਾਂ ਲਾਜ਼ਮੀ ਤੌਰ 'ਤੇ ਇਹ ਵਾਅਦੇ ਜਿਹੜੇ ਪੂਰੇ ਹੋਣਗੇ। ਬੰਦੇ ਦੀ ਨੀਤ ਹੋਣੀ ਚਾਹੀਦੀ ਆ, ਵਿਲ ਪਾਵਰ ਹੋਣੀ ਚਾਹੀਦੀ ਆ। ਸਰਕਾਰਾਂ ਕਿਸੇ ਦੀਆਂ ਹੋਣ ਅਤੇ ਜੇ ਵਿਲ ਪਾਵਰ ਹੋਵੇ ਤਾਂ ਵਿਰੋਧੀ ਸਰਕਾਰ ਦੇ ਕੋਲੋਂ ਵੀ ਕੰਮ ਕਰਾਏ ਜਾ ਸਕਦੇ ਨੇ। ਔਰ ਕਾਂਗਰਸ ਨੇ ਕਰੋਨਾ ਮਹਾਂਮਾਰੀ ਦੇ ਦੌਰ ਦੇ ਵਿੱਚ ਕੇਵਲ ਸ਼ਰਾਬ ਹੀ ਵੇਚੀ ਆ, ਕੇਵਲ ਸ਼ਰਾਬ ਦਾ ਧੰਦਾ ਹੀ ਵਧਿਆ ਫੁੱਲਿਆ, ਜਾਂ ਕਾਰਪੋਰੇਟ ਸੈਕਟਰ ਦੇ ਘਰਾਣਿਆਂ ਨੂੰ 12,92,000 ਕਰੋੜ ਰੁਪਈਏ ਦਾ ਮੁਨਾਫਾ ਇਸ ਮੁਲਕ ਦੇ ਵਿੱਚ ਡਿਊਰਿੰਗ ਕੋਵਿਡ-19 ਦੇ ਦੌਰਾਨ ਹੋਇਆ, ਜਦੋਂ ਕਿ ਆਮ ਲੋਕਾਂ ਦੇ ਰੁਜ਼ਗਾਰ ਖੋਹੇ ਗਏ, ਆਮ ਲੋਕਾਂ ਦੇ ਜਿਹੜੇ ਕਿਰਤ 'ਤੇ ਡਾਕੇ ਪਏ। ਪਰ ਕੇਵਲ ਅਤੇ ਕੇਵਲ ਕਰੋਨਾ ਮਹਾਂਮਾਰੀ ਦੇ ਦੌਰਾਨ ਜੇ ਕੋਈ ਫਾਇਦਾ ਹੋਇਆ ਤਾਂ ਕਾਰਪੋਰੇਟ ਘਰਾਣਿਆਂ ਨੂੰ ਹੋਇਆ, ਅਤੇ ਉਹ ਜਿਹੜਾ ਕਾਂਗਰਸ ਆ ਇਹ ਪੰਜਾਬ ਦੇ ਵਿੱਚ ਵੀ ਜਿਸ ਤਰ੍ਹਾਂ ਉਹਨਾਂ ਨੇ ਸਹੂਲਤਾਂ ਦਿੱਤੀਆਂ ਭਾਵੇਂ ਸ਼ਰਾਬ ਦੇ ਠੇਕੇਦਾਰਾਂ ਨੂੰ, ਪੰਜਾਬ ਦੇ ਖਜ਼ਾਨੇ ਦੇ ਵਿੱਚੋਂ 600 ਕਰੋੜ ਰੁਪਏ ਦੇ ਕਰੀਬ ਲਾਭ ਦਿੱਤਾ, ਮਤਲਬ ਉਹਨਾਂ ਦਾ ਘਾਟਾ ਪੂਰਾ ਕਰਨ ਲਈ, ਅਤੇ 400 ਕਰੋੜ ਦੇ ਕਰੀਬ ਮਾਈਨਿੰਗ ਕਰਨ ਵਾਲਿਆਂ ਨੂੰ ਪੰਜਾਬ ਦੇ ਖਜ਼ਾਨੇ 'ਚੋਂ ਪੈਸਾ ਦਿੱਤਾ, ਪਰ ਆਮ ਲੋਕਾਂ ਨੂੰ ਦਵਾਨੀ ਨਹੀਂ ਦਿੱਤੀ। ਫਿਰ ਲੋਕਾਂ ਨਾਲ 4 ਸਾਲਾਂ ਵਿੱਚ ਕੋਈ ਇੱਕ ਵਾਅਦਾ ਕਾਂਗਰਸ ਗਣਾ ਨਹੀਂ ਸਕਦੀ। 2014 ਦੇ ਵਿੱਚ ਜਦੋਂ ਤੁਸੀਂ ਐਮਪੀ ਇਲੈਕਸ਼ਨ ਲੜੀ ਸੀ, ਉਸ ਤੋਂ ਪਹਿਲਾਂ ਤੁਸੀਂ ਇੱਕ ਲੋਕਾਂ ਦੀ ਡਿਮਾਂਡ ਦੀ ਤੁਸੀਂ ਪੂਰੀ ਕਰਨ ਦੀ ਗੱਲ ਕੀਤੀ ਸੀ, ਉਹ ਸੀ ਨੀਡ ਬੇਸਡ ਪਾਲਿਸੀ। ਹਾਂ, ਉਹ 2014 ਤੋਂ ਲੈ ਕੇ ਉਦੋਂ ਤੁਹਾਡੀ ਸਰਕਾਰ ਵੀ ਸੀ ਅਕਾਲੀ ਦਲ ਦੀ, ਸੁਖਬੀਰ ਸਿੰਘ ਬਾਦਲ ਪੰਜਾਬ ਦੇ ਵਿੱਚ ਗਮਾਡਾ ਵੀ ਦੇਖ ਰਹੇ ਸੀ, ਉਹ ਡਿਮਾਂਡ ਅੱਜ ਤੱਕ ਲੋਕਾਂ ਦੀ ਮੀਟਅਪ ਨਹੀਂ ਹੋਈ। ਨੀਡ ਬੇਸਡ ਪਾਲਿਸੀ ਤੁਸੀਂ ਐਤਕੀ ਆਪਣੇ ਚੋਣ ਮੈਨੀਫੈਸਟੋ ਜੀ ਨਹੀਂ ਪਾਈ ਸਰ, ਤੁਸੀਂ ਮੇਰਾ ਖਿਆਲ ਆ ਸ਼ਾਇਦ ਤੁਹਾਨੂੰ ਭੁਲੇਖਾ ਹੋਵੇ ਵੀ ਪਹਿਲੀ ਗੱਲ ਤਾਂ ਵੀ ਨੀਡ ਬੇਸਡ ਪਾਲਿਸੀ ਦਾ ਕੰਸੈਪਟ ਲੈ ਕੇ ਅਸੀਂ ਆਏ। ਨੀਡ ਬੇਸਡ ਪਾਲਿਸੀ ਦੀ ਸਾਰੀ ਗੱਲ ਤਾਂ ਸੁਣੋ ਨਾ, ਹੁਣ ਸੁਣ ਤਾਂ ਲਓ ਨਾ, ਨੀਡ ਬੇਸਡ ਪਾਲਿਸੀ ਦੀ ਸਾਰਾ ਮੈਪ, ਰੋਡ ਮੈਪ ਸਾਰਾ ਅਸੀਂ ਤਿਆਰ ਕੀਤਾ, ਅਤੇ ਉਹਦੇ ਲਈ ਅਸੀਂ ਯਤਨ ਵੀ ਕੀਤੇ, ਅਤੇ ਉਹਦੇ ਲਈ ਤੁਹਾਨੂੰ ਸਭ ਪਤਾ ਕਿ ਉਹ ਅਦਾਲਤ ਵਿੱਚ ਵੀ ਕੁਛ ਲੋਕ ਚਲੇ ਗਏ, ਪਰ ਸਾਡੇ ਵੱਲੋਂ ਤਾਂ ਮੈਕਸੀਮਮ ਕੋਸ਼ਿਸ਼ ਹੋਈ, ਫਿਰ ਸਰਕਾਰ ਬਦਲ ਗਈ ਅਤੇ ਉਹ ਸਰਕਾਰ ਨੇ ਉਸ ਪਾਲਿਸੀ ਨੂੰ ਫਿਰ ਦਿਉਂ ਦੀ ਤਿਉਂ ਰੱਖ ਲਿਆ। ਅਸੀਂ ਜਿੰਨਾ ਵੀ ਰੁਕਾਵਟਾਂ ਦੂਰ ਕਰਨ ਦੇ ਵਿੱਚ, ਮੈਂ ਤੁਹਾਨੂੰ ਤਾਂ ਹੀ ਤਾਂ ਕਿਹਾ ਕਿ ਉਦੋਂ ਜਿਹੜੇ ਸਾਡੇ ਲੋਕ ਸੀ ਉਹਨਾਂ 'ਚੋਂ ਨਾ ਤਾਂ ਵਿਲ ਪਾਵਰ ਸੀ, ਨਾ ਉਹ ਸਾਡੀ ਪਾਲਿਸੀ ਨੂੰ ਇੰਪਲੀਮੈਂਟ ਕਰਨ ਦੇ ਵਿੱਚ ਕੋਈ ਸਹਿਯੋਗ ਦਿੰਦੇ ਸੀ। ਇਸੇ ਕਰਕੇ ਅਸੀਂ ਉਹ ਲੋਕਾਂ ਨੂੰ ਵਿਸ਼ਵਾਸ ਪਾਤਰਾਂ ਨੂੰ ਲੈ ਕੇ ਹੁਣ ਅੱਗੇ ਟਿਕਟਾਂ ਦਿੱਤੀਆਂ ਜਿਹੜੇ ਸਾਡੀ ਪਾਲਿਸੀ ਨੂੰ ਲਾਗੂ ਕਰਨ ਦੇ ਵਿੱਚ ਨਾਲ ਸਹਿਯੋਗ ਦੇ। ਉਹ ਗਮਾਡਾ ਦਾ ਸਾਡੀ ਲੜਾਈ ਜਿਹੜੀ ਆ, ਕਾਂਗਰਸ ਦੀਆਂ ਧੱਕੇਸ਼ਾਹੀਆਂ, ਕਾਂਗਰਸ ਦੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਨਾਲ ਆ। ਕਾਂਗਰਸ ਦੇ ਜਿਹੜੇ ਜਿਸ ਤਰੀਕੇ ਨਾਲ ਮਨਮਰਜ਼ੀ ਦੀ ਵਾਰਡਬੰਦੀ ਕੀਤੀ, ਫਿਰ ਵੋਟਾਂ ਘੱਟ ਵੱਧ ਕੀਤੀਆਂ, ਔਰ ਕਾਂਗਰਸ ਨੇ ਜਿਸ ਹਿਸਾਬ ਨਾਲ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਦੀ ਕੋਸ਼ਿਸ਼ ਕੀਤੀ ਆ, ਅਤੇ ਜਿਹੜੀ ਕਾਰਪੋਰੇਸ਼ਨ ਦੀ ਚੋਣ ਆ ਉਹਦੇ 'ਚ ਲੜਾਈ ਸਿੱਧੇ ਤੌਰ 'ਤੇ ਕਾਂਗਰਸ ਨਾਲ ਆ, ਹੋਰ ਕਿਸੇ ਨਾਲ ਨਹੀਂ।
ना कोई किसे न्यूट्रल गेयर ते जिहड़ी गड्डी चलती है वो तो चल ही नहीं सकती, वो तो थाए खड़ी होंदी है। सर तुहाडा कंटेस्ट किहदे नाल, कंटेस्ट कांग्रेस नाल या यार ग्रुप नाल? कंटेस्ट कांग्रेस नाल ही आ, जिहड़े जिहड़े ना किसी पार्टी दे ना किसी होर दे, उहनां नाल तां कंटेस्ट कहदा हुंदा उह तां ते कंटेस्ट तां जिहड़े पार्टियां कुछ कर सकदियां जां कराउण दी समर्था रखदियां ने लोक उहनां वल ही लास्ट विच टेक रखदे ने। और मैं समझदा कि लोगों को पूरा विश्वास है कि जे कोई कर सकता करा सकता तो अकाली दल करा। सर सिद्धू एक क्वेश्चन लास्ट सुन लो जी, सिद्धू साहब ने कल एक बयान दिता है कि चंदू माजरा साहब अपनी पार्टी के लीडरों तो बहुत खफा ने, हाईकमान तो सुखबीर सिंह बादल का नाम लिया उन्होंने कि उन्होंने मैनू डिच किया, तुसीं दस्सो इहदे बारे की कहना। सिद्धू साहब नूं मेरे बारे कोई घबराउण की लोड़ नहीं, मैं मतलब वो आपकी पार्टी का ध्यान रखा, मैं आपकी का रखा।